YouTube ਦਿਹਾਤੀ ਜੜੀ ਬੂਟੀ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਅੱਜ ਦਾ ਮੇਰਾ ਟੌਪਿਕ ਹੈ ਕਿ ਇੱਕ ਹੀ ਜੜੀ ਬੂਟੀ ਦੇ ਨਾਲ ਖੂਨੀ ਬਾਦੀ ਬਵਾਸੀਰ ਅਰਥਾਤ ਅਰਸ਼ੋਕ ਦਾ ਬਿਨਾਂ ਆਪਰੇਸ਼ਨ ਸਟੀਕ ਇਲਾਜ। ਮੇਰੀ ਗੁਜ਼ਾਰਿਸ਼ ਹੈ ਕਿ ਇਸ ਵੀਡੀਓ ਨੂੰ ਆਪ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖੋ ਤਾਂ ਕਿ ਆਪ ਜੀ ਨੂੰ ਜਿਹੜੀ ਹੈ ਇਸ ਵੀਡੀਓ ਦੀ ਜਿਹੜੀ ਹੈ ਪੂਰੀ ਜਾਣਕਾਰੀ ਪ੍ਰਾਪਤ ਹੋ ਸਕੇ। ਮੇਰਾ ਵੱਧ ਤੋਂ ਵੱਧ ਉਪਰਾਲਾ ਇਹੀ ਹੁੰਦਾ ਹੈ ਕਿ ਲੋਕਾਂ ਨੂੰ ਉਹਨਾਂ ਜੜੀਆਂ ਬੂਟੀਆਂ ਦੀ ਜਾਣਕਾਰੀ ਦਿੱਤੀ ਜਾ ਸਕੇ ਜੋ ਬੂਟੀਆਂ ਜੋ ਹਨ ਸਹਿਜ ਹੀ ਆਪਣੇ ਆਲੇ ਦੁਆਲੇ ਅਤੇ ਦਿਹਾਤੀ ਇਲਾਕਿਆਂ ਵਿੱਚ ਅਤੇ ਪਹਾੜੀ ਇਲਾਕਿਆਂ ਦੇ ਵਿੱਚ ਆਮ ਹੀ ਮਿਲਦੀਆਂ ਹੋਣ ਅਤੇ ਨਾ ਹੀ ਦਰਸ਼ਕਾਂ ਨੂੰ ਕਿਸੇ ਕਿਸਮ ਦੀ ਜੋ ਹੈ ਲੱਭਣ ਵਿੱਚ ਉਹਨਾਂ ਨੂੰ ਕੋਈ ਮੁਸ਼ਕਲ ਆਵੇ। ਅੱਜ ਜੋ ਤੁਸੀਂ ਇਸ ਵੀਡੀਓ ਵਿੱਚ ਦੇਖ ਰਹੇ ਹੋ ਇਸ ਵੀਡੀਓ ਦੀ ਜੋ ਦੇਖ ਰਹੇ ਹੋ ਇਸ ਬੂਟੀ ਦਾ ਨਾਮ ਜੋ ਹੈ ਡਿਸਫਾਨੀਆ ਐਮਬ੍ਰੋਸਾਈਡਿਸ ਹੈ। ਹਿੰਦੀ ਵਿੱਚ ਇਸ ਨੂੰ ਸੁਗੰਧ ਵਾਸਤਕ ਕਪੂਰੀਆ ਗੰਦਿਆਲਾ, ਕੰਨੜ ਵਿੱਚ ਕਾਦੂਵਾਸਾ, ਮਰਾਠੀ ਵਿੱਚ ਇਸ ਨੂੰ ਚੰਦਰ ਬੁਟੂਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਵੀਡੀਓ ਵਿੱਚ ਜੋ ਤੁਸੀਂ ਦੇਖ ਰਹੇ ਹੋ ਇਹ ਹੈ ਡਿਸਫਾਨੀਆ ਐਮਬ੍ਰੋਸਾਈਡਿਸ ਬੂਟੀ ਦਾ ਪੌਦਾ। ਇਸ ਬੂਟੀ ਦਾ ਜਿਹੜਾ ਪੌਦਾ ਹੈ ਆਮ ਕਰਕੇ 2 ਜਾਂ 2.5 ਫੁੱਟ ਤੱਕ ਲੰਮਾ ਹੁੰਦਾ ਹੈ। ਇਹਦੇ ਪੱਤੇ 4-5 ਇੰਚ ਲੰਬੇ ਅਤੇ 2-3 ਇੰਚ ਜਿਹੜੇ ਹਨ ਚੌੜੇ ਅਤੇ ਨੋਕਦਾਰ ਹੁੰਦੇ ਹਨ ਜੋ ਤੁਸੀਂ ਇਸ ਵੀਡੀਓ 'ਚ ਆਮ ਕਰਕੇ ਦੇਖ ਹੀ ਰਹੇ ਹੋ। ਇਹ ਜੋ ਬੂਟੀ ਹੈ ਇਹ ਸੁਗੰਧ ਵਾਸਤਕ ਦਾ ਜੋ ਹੈ ਇਹ ਪੌਦਾ ਹੈ। ਪੰਜਾਬ ਵਿੱਚ ਇਸ ਦੀਆਂ ਜਿਹੜੀਆਂ ਹਨ 7-8 ਕਿਸਮਾਂ ਮਿਲਦੀਆਂ ਹਨ। ਸੁਗੰਧ ਵਾਸਕ ਦੇ ਪੱਤਿਆਂ ਨੂੰ ਜੇਕਰ ਹਥੇਲੀ ਦੇ ਉੱਤੇ ਜੋ ਮਸਲ ਕੇ ਦੇਖਿਆ ਜਾਵੇ ਤਾਂ ਇਹਨਾਂ ਵਿੱਚੋਂ ਜਿਹੜੀ ਹੈ ਇੱਕ ਸੁਗੰਧੀ ਵਾਲੀ ਜਿਹੜੀ ਖੁਸ਼ਬੂ ਆਉਂਦੀ ਹੈ। ਇਹਨਾਂ ਆ ਜੋ ਪੱਤੇ ਹਨ ਇਹਨਾਂ ਨੂੰ ਦੇਖਿਆ ਜਾਵੇ ਤਾਂ ਇਹਨਾਂ ਵਿੱਚੋਂ ਇੱਕ ਸੁਗੰਧ ਆਉਂਦੀ ਹੈ। ਇਹ ਜੋ ਤੁਹਾਨੂੰ ਬੂਟੀ ਦਿਖਾ ਰਿਹਾ ਹਾਂ ਇਹਦੀ ਜੋ ਟਾਹਣੀ ਹੈ ਆਮ ਕਰਕੇ ਜੋ ਹੈ ਜਾਮਨੀ ਰੰਗ ਦੀ ਹੁੰਦੀ ਹੈ। ਇਹ ਬੂਟੀ ਜਿਹੜੀ ਹੈ ਤਸੀਰ ਵਿੱਚ ਜੋ ਹੈ ਇਹ ਠੰਡੀ ਹੈ। ਇਸ ਲਈ ਇਸ ਬੂਟੀ ਦੇ ਨਾਲ ਵਾਤ ਪਿੱਤ ਰੋਗਾਂ ਦਾ ਜਿਹੜਾ ਇਲਾਜ ਹੈ ਵਧੀਆ ਤਰੀਕੇ ਨਾਲ ਹੁੰਦਾ ਹੈ। ਇਸ ਬੂਟੀ ਵਿੱਚ ਜੋ ਹੈ ਐਲਰਜੀ ਨੂੰ ਠੀਕ ਕਰਨ ਦੇ ਜਿਹੜੇ ਚਮਤਕਾਰੀ ਗੁਣ ਹਨ ਅਰਥਾਤ ਜਿਨ੍ਹਾਂ ਲੋਕਾਂ ਨੂੰ ਹਰੇਕ ਸਾਲ ਗਰਮੀ ਦੇ ਮੌਸਮ ਦੇ ਵਿੱਚ ਸਰੀਰ 'ਤੇ ਫਿੰਸੀਆਂ ਅਤੇ ਐਲਰਜੀ ਸ਼ਿਕਾਇਤ ਹੋ ਜਾਂਦੀ ਹੈ ਉਸ ਲਈ ਇਹ ਬੂਟੀ ਜਿਹੜੀ ਹੈ ਸੁਗੰਧ ਵਾਸਤਕ ਜਿਹੜੀ ਹੈ ਲਾਹੇਵੰਦ ਬੂਟੀ ਹੈ। ਇਸ ਬੂਟੀ ਨਾਲ ਜਿਹੜਾ ਹੈ ਨਾ ਪਾਇਲਸ ਅਰਥਾਤ ਬਵਾਸੀਰ ਭਾਵੇਂ ਉਹ ਮੌਕਿਆਂ ਵਾਲੀ ਹੈ ਜਾਂ ਖੂਨੀ ਹੈ ਉਸਦਾ ਇਲਾਜ ਇਸ ਬੂਟੀ ਦੇ ਨਾਲ ਜਿਹੜਾ ਹੈ ਸਟੀਕ ਅਤੇ ਸਹੀ ਕੀਤਾ ਜਾ ਸਕਦਾ ਹੈ। ਦਸ ਇਸ ਬੂਟੀ ਦੇ ਨਾਲ ਕਈ ਸਾਲਾਂ ਤੋਂ ਜੋ ਹੈ ਖੂਨੀ ਦੇ ਬਾਦੀ ਬਵਾਸੀਰ ਦਾ ਇਲਾਜ ਕਰਦਾ ਆ ਰਿਹਾ ਹੈ। ਸਿੱਟੇ ਵਜੋਂ ਇਸ ਬੂਟੀ ਨਾਲ ਅੱਜ ਤੱਕ ਹਜ਼ਾਰਾਂ ਲੋਕ ਜੋ ਹਨ ਪਾਇਲਸ ਰੋਗੀ ਜਾਂ ਬਵਾਸੀਰ ਦੇ ਰੋਗੀ ਜੋ ਹਨ ਠੀਕ ਹੋ ਚੁੱਕੇ ਹਨ। ਬਵਾਸੀਰ ਦੇ ਰੋਗ ਲਈ ਇਸ ਬੂਟੀ ਨੂੰ ਵਰਤੋਂ ਵਿੱਚ ਕਿਸ ਤਰ੍ਹਾਂ ਲਿਆ ਜਾਂਦਾ ਹੈ। ਨੰਬਰ 1 ਕਿ ਇਸ ਡਿਸਫਾਨੀਆ ਐਮਬ੍ਰੋਸਾਈਡ ਬੂਟੀ ਦੇ ਲਗਭਗ ਜੋ ਹਨ 100 ਗ੍ਰਾਮ ਪੱਤੇ ਲੈ ਕੇ ਇਹਨਾਂ ਨੂੰ ਖਰਲ ਜਾਂ ਪੱਥਰ ਦੇ ਕੁੰਡੇ ਵਿੱਚ ਜਿਹੜੇ ਹਨ ਚੰਗੀ ਤਰ੍ਹਾਂ ਪੀਸ ਲਓ। ਇਸ ਵਿੱਚ ਜਿਹੜੇ ਹਨ 6-7 ਬਦਾਮ ਗਰੀ ਅਤੇ 6-7 ਦਾਣੇ ਜੋ ਹਨ ਕਾਲੀ ਮਿਰਚ ਦੇ ਪਾ ਕੇ ਇਹਨਾਂ ਨੂੰ ਅੱਛੀ ਤਰ੍ਹਾਂ ਪੀਸ ਲਓ, ਚੰਗੀ ਤਰ੍ਹਾਂ ਪੀਸ ਲਓ। ਇਸ ਵਿੱਚ ਜੋ ਹੈ ਤੁਸੀਂ 2 ਚਮਚੇ ਜਿਹੜੇ ਹਨ ਉਸ ਖਰਲ ਦੇ ਵਿੱਚ ਜਿਹੜੇ ਹਨ ਮਿਸ਼ਰੀ ਦੇ ਪਾ ਲਓ। ਇਸ ਨੂੰ ਚੰਗੀ ਤਰ੍ਹਾਂ ਕੁੱਟ ਪੀਸ ਕੇ ਇਹਨਾਂ ਨੂੰ ਚਟਨੀ ਦੀ ਤਰ੍ਹਾਂ ਬਣਾ ਲਓ। ਪੀਸ ਜਾਣ 'ਤੇ ਜੋ ਹੈ 1 ਗਲਾਸ ਇਸ ਵਿੱਚ ਜੋ ਹੈ ਗਊ ਦਾ ਕੱਚਾ ਦੁੱਧ ਪਾਓ ਅਤੇ ਇਹਨਾਂ ਨੂੰ ਸਾਰਿਆਂ ਨੂੰ ਜੋ ਆਪਸ ਵਿੱਚ ਮਿਕਸ ਕਰ ਲਓ। ਮਿਕਸ ਕਰਕੇ ਇਹਨਾਂ ਨੂੰ ਇਸ ਦੁੱਧ ਨੂੰ ਜੋ ਹੈ ਛਾਨਣੀ ਦੇ ਨਾਲ ਪੁਣ ਲਓ। ਪੁਣ ਕੇ ਅਤੇ ਇਸ ਬੂਟੀ ਨੂੰ ਜੋ ਕਰਨਾ ਕੀ ਹੈ ਪੀਣ ਦਾ ਕੀ ਤਰੀਕਾ ਹੈ ਕਿ ਇਹਦੇ 1 ਗਲਾਸ ਦੇ 2 ਭਾਗ ਕਰਨੇ ਹਨ ਅਤੇ ਖਾਸ ਕਰਕੇ ਜਿਹੜਾ ਦੁੱਧ ਹੈ ਇਹਦੇ ਵਿੱਚ ਜੋ ਹੈ ਉਹ ਗਊ ਦਾ ਦੁੱਧ ਲੈਣਾ ਹੈ ਅਤੇ ਇਹਨਾਂ ਨੂੰ ਜੋ 1 ਗਲਾਸ ਦੇ ਜੋ ਹਨ 2 ਭਾਗ ਕਰਨੇ ਹਨ ਅਤੇ ਸਵੇਰੇ 1/2 ਗਲਾਸ ਜੋ ਹੈ ਜੋ ਵੀ ਬਵਾਸੀਰ ਦਾ ਮਰੀਜ਼ ਹੈ
ਜਿਹਨੂੰ ਖੂਨੀ ਜਾਂ ਬਵਾਸੀਰ ਦੀ ਸ਼ਿਕਾਇਤ ਹੈ, ਜਾਂ ਜਿਨ੍ਹਾਂ ਨੂੰ ਗੁਦਾਬ੍ਰੇਸ਼ ਜਾਂ ਕਾਂਚ ਨਿਕਲਣ ਦੀ ਬਿਮਾਰੀ ਹੈ, ਸਵੇਰੇ ਅਤੇ ਸ਼ਾਮ ਨੂੰ ਜੋ ਅੱਧਾ ਅੱਧਾ ਗਲਾਸ ਜੋ ਹੈ ਉਹ ਮਰੀਜ਼ ਪੀਵੇ ਤਾਂ ਉਸਦਾ ਜਿਹੜਾ ਖੂਨ ਦਾ ਜਿਹੜਾ ਆਉਣਾ ਬਵਾਸੀਰ ਦੀ ਜੋ ਦਰਦ ਹੈ ਉਹ ਵੀ ਬੰਦ ਹੋ ਜਾਂਦੀ ਹੈ, ਅਤੇ ਖੂਨ ਦਾ ਆਉਣਾ ਅਤੇ ਉਸਦਾ ਜਿਹੜਾ ਗੁਦਾਬ੍ਰੇਸ਼ ਜਾਂ ਜਿਸ ਨੂੰ ਕਾਂਚ ਨਿਕਲਣਾ ਕਹਿੰਦੇ ਹਨ ਉਹ ਵੀ ਰੋਗ ਜਿਹੜਾ ਹੈ ਉਹਦਾ ਠੀਕ ਹੋ ਜਾਵੇਗਾ। ਇਹ ਇੱਕ ਜੋ ਹੈ ਅਜਮਾਇਆ ਹੋਇਆ ਰਾਮਬਣ ਜੋ ਇਲਾਜ ਹੈ, ਇਹ ਜਿਹੜੀ ਚਿਕਿਤਸਾ ਹੈ ਸਿਰਫ 5 ਦਿਨ ਸਵੇਰੇ ਅਤੇ ਸ਼ਾਮ ਨੂੰ ਕਰਨੀ ਹੈ, ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ, ਇਹਨੂੰ ਬਿਨਾਂ ਕਿਸੇ ਡਰ ਭੈ ਦੇ ਜੋ ਹੈ ਵਰਤਿਆ ਜਾ ਸਕਦਾ, ਆਪਣਾ ਜਿਹੜਾ ਹੈ ਰੋਗ ਠੀਕ ਕੀਤਾ ਜਾ ਸਕਦਾ। ਜੇਕਰ ਇਹ ਮੇਰੀ ਸੁਗੰਧ ਵਾਸਤੇ ਅਰਥਾਤ ਡਿਸਫੋਨੀਆ ਐਮਰੋਸਾਈਡਸ ਬੂਟੀ 'ਤੇ ਬਣਾਈ ਗਈ ਵੀਡੀਓ ਦੀ ਜਾਣਕਾਰੀ ਆਪ ਜੀ ਨੂੰ ਸਹੀ ਦਰੁਸਤ ਲੱਗੀ ਹੈ ਤਾਂ ਮੇਰੀ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਮੇਰੇ ਇਸ ਦਿਹਾਤੀ ਜੜੀ ਬੂਟੀ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਪਹਿਲ ਦੇ ਆਧਾਰ 'ਤੇ ਆਉਣ ਵਾਲੀ ਜੋ ਪਹਿਲ ਦੇ ਆਧਾਰ 'ਤੇ ਆਪ ਜੀ ਨੂੰ ਆਉਣ ਵਾਲੀ ਵੀਡੀਓ ਦੀ ਜਾਣਕਾਰੀ ਪ੍ਰਾਪਤ ਹੋ ਸਕੇ। ਧੰਨਵਾਦ ਸਾਥੀਓ, ਧੰਨਵਾਦ।